ਇੱਕ ਭਾਰਤ ਸ਼੍ਰੇਸ਼ਟ ਭਾਰਤ ਅਭਿਆਨ ਤਹਿਤ ਅੱਜ ਅਸੀਂ ਤੁਹਾਨੂੰ ਆਂਧਰਾ ਪ੍ਰਦੇਸ਼ ਦੇ ਇੱਕ ਵਿਅਕਤੀ ਦੀ ਪ੍ਰੇਰਣਾਦਾਇਕ ਕਹਾਣੀ ਸੁਣਾਉਂਦੇ ਹਾਂ ਜੋ ਸਰੀਰਕ ਕਮਜ਼ੋਰੀ ਦੇ ਬਾਵਜੂਦ ਇੱਕ ਅੰਤਰਰਾਸ਼ਟਰੀ ਪੱਧਰ ਦਾ ਖਿਡਾਰੀ ਬਣਿਆ। ਇਹ ਕਹਾਣੀ ਆਂਧਰਾ ਪ੍ਰਦੇਸ਼ ਦੇ ਪੂਰਬੀ ਗੋਦਾਵਰੀ ਜ਼ਿਲ੍ਹੇ ਦੇ ਪੇੜਾਪੁਰਮ ਦੇ ਰਾਇਲਾ ਸੱਤਿਆ ਜਨਾਰਦਨ ਸ੍ਰੀਧਰ ਦੀ ਹੈ, ਜੋ ਮਸਕੂਲਰ ਡਿਸਟ੍ਰੋਫੀ ਯਾਨੀ ਪੇਸ਼ੀ ਦੀ ਕਮਜ਼ੋਰੀ ਨਾਲ ਪੀੜਿਤ ਨੇ। ਇਸ ਦੇ ਬਾਵਜੂਦ ਉਹ ਰਾਈਫਲ ਸ਼ੂਟਿੰਗ ਦੇ ਆਪਣੇ ਟੀਚੇ ਵੱਲ ਅੱਗੇ ਵਧ ਰਹੇ ਨੇ। ਸੱਤਿਆ ਜਨਾਰਦਨ ਸ੍ਰੀਧਰ ਕੌਮਾਂਤਰੀ ਪੱਧਰ ਤੇ ਆਪਣਾ ਲੋਹਾ ਮਨਵਾਉਣ ਵਾਲੇ ਖਿਡਾਰੀਆਂ ਲਈ ਪ੍ਰੇਰਣਾ ਦਾ ਸਰੋਤ ਨੇ। ਸ੍ਰੀਧਰ ਇੱਕ ਅਜਿਹੀ ਕੌਮੀ ਸ਼ਖਸੀਅਤ ਨੇ ਜੋ ਆਪਣਾ ਟੀਚਾ ਹਾਸਲ ਕਰਨ ਲਈ ਵਾਰ ਵਾਰ ਡਿੱਗਣ ਦੇ ਬਾਵਜੂਦ ਹਰ ਵਾਰ ਬਹਾਦਰੀ ਨਾਲ ਆਪਣੇ ਪੈਰਾਂ ਤੇ ਮੁੜ ਖੜੇ ਹੋਣ ਲਈ ਜਾਣੇ ਜਾਂਦੇ ਨੇ। ਸ੍ਰੀਧਰ ਦਾ ਕਹਿਣਾ ਹੈ ਕਿ ਜੀਵਨ ਵਿੱਚ ਕੁਝ ਹਾਸਲ ਕਰਨ ਦੇ ਵਿਚਾਰ ਨਾਲ ਉਹ ਆਪਣੇ ਪਰਿਵਾਰਕ ਜੀਆਂ ਦੇ ਪ੍ਰੋਤਸਾਹਨ ਤੇ ਰਾਈਫਲ ਸ਼ੂਟਿੰਗ ਵਿੱਚ ਅੱਗੇ ਵਧੇ। ਇਸ ਸਾਲ ਇੰਡੋਨੇਸ਼ੀਆ ਵਿੱਚ ਆਯੋਜਿਤ ਏਸ਼ੀਆਈ ਪੈਰਾਓਲੰਪਿਕ ਖੇਡਾਂ ਦੇ ਸੈਮੀਫਾਈਨਲ ਤੱਕ ਪਹੁੰਚਣ ਵਿੱਚ ਕਾਮਯਾਬ ਰਹੇ। ਦੁਨੀਆ ਭਰ ਦੇ 50 ਤੋਂ ਵੱਧ ਦੇਸ਼ਾਂ ਦੇ ਖਿਡਾਰੀਆਂ ਨੇ ਇਸ ਟੂਰਨਾਮੈਂਟ ਵਿੱਚ ਹਿੱਸਾ ਲਿਆ। ਸ੍ਰੀਧਰ ਨੂੰ ਸਫਲਤਾ ਲਈ ਬਹੁਤ ਜੱਦੋਜਹਿਦ ਕਰਨੀ ਪਈ, ਪਰ ਉਹਨਾਂ ਨੂੰ ਆਪਣੇ ਮਾਤਾ ਪਿਤਾ ਅਤੇ ਭੈਣ ਭਰਾਵਾਂ ਦਾ ਸਹਿਯੋਗ ਮਿਲਿਆ। 2005 ਵਿੱਚ ਜਨਾਰਦਨ ਸ੍ਰੀਧਰ ਨੂੰ ਆਪਣੀ ਪੇਸ਼ੀ ਵਿੱਚ ਨੁਕਸ ਦਾ ਪਤਾ ਲੱਗਿਆ, ਜਿਸ ਤੋਂ ਬਾਅਦ ਉਹਨਾਂ ਦਾ ਜੀਵਨ ਬਿਸਤਰ ਤੱਕ ਸੀਮਿਤ ਰਹਿ ਗਿਆ। ਇਸ ਉੱਤੇ ਸ਼੍ਰੀਧਰ ਮਾਨਸਿਕ ਤਣਾਅ ਵਿੱਚ ਆ ਗਏ, ਪਰ ਇੱਕ ਵਾਰ ਜਦੋਂ ਉਹਨਾਂ ਨੇ ਇੱਕ ਹੱਥ ਨਾਲ ਰਾਈਫਲ ਚਲਾਉਂਦਿਆਂ ਇੱਕ ਖਿਡਾਰੀ ਨੂੰ ਵੇਖਿਆ ਤਾਂ ਉਸੇ ਖਿਡਾਰੀ ਤੋਂ ਪ੍ਰੇਰਣਾ ਲੈ ਕੇ ਰਾਈਫਲ ਚਲਾਉਣ ਦੀ ਸਿਖਲਾਈ ਲਈ। ਇਸ ਸਿਖਲਾਈ ਵਿੱਚ ਵੀ ਮਾਲੀ ਦਿੱਕਤ ਦਾ ਸਾਹਮਣਾ ਕਰਨਾ ਪਿਆ, ਪਰ ਸ਼੍ਰੀਧਰ ਨੇ ਹਾਰ ਨਹੀਂ ਮੰਨੀ। ਉਹ ਆਪਣੇ ਟੀਚੇ ਵਿੱਚ ਆਉਣ ਵਾਲੀਆਂ ਔਕੜਾਂ ਨੂੰ ਪਾਰ ਕਰਦੇ ਗਏ। ਆਪਣੀ ਸਫਲ ਸਿਖਲਾਈ ਤੋਂ ਬਾਅਦ 2019 ਵਿੱਚ ਸਰਵ ਭਾਰਤੀ ਜੀਵੀ ਮਾਵਲੰਕਰ ਸ਼ੂਟਿੰਗ ਚੈਂਪੀਅਨਸ਼ਿਪ ਮੁਕਾਬਲੇ ਵਿੱਚ ਆਪਣੀ ਕਾਬਲੀਅਤ ਦੇ ਬੂਤੇ ਤੇ ਰਾਸ਼ਟਰੀ ਪੱਧਰ ਤੇ ਦੂਜਾ ਸਥਾਨ ਹਾਸਲ ਕੀਤਾ। ਤਿਰਵਨੰਤਪੁਰਮ ਵਿੱਚ 12ਵੀਂ ਰਾਸ਼ਟਰੀ ਰਾਈਫਲ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਦਿਵਿਆਂਗਾਂ ਦੇ 10 ਮੀਟਰ ਵਰਗ ਮੁਕਾਬਲੇ ਵਿੱਚ ਹਿੱਸਾ ਲਿਆ। 525 ਅੰਕਾਂ ਨਾਲ ਤੀਜੀ ਥਾਂ ਹਾਸਲ ਕਰਕੇ ਸ੍ਰੀਧਰ ਕਾਂਸੇ ਦੇ ਮੈਡਲ ਦੇ ਹੱਕਦਾਰ ਬਣੇ। ਸ੍ਰੀਧਰ ਦੱਸਦੇ ਨੇ ਕਿ 2016-17 ਵਿੱਚ ਕੌਮੀ ਪੱਧਰ ਤੇ ਉਹਨਾਂ ਪਹਿਲੀ ਥਾਂ ਹਾਸਲ ਕੀਤੀ। 2018 ਵਿੱਚ ਆਂਧਰਾ ਪ੍ਰਦੇਸ਼ ਵਿੱਚ ਆਯੋਜਿਤ ਸੂਬਾ ਪੱਧਰੀ ਮੁਕਾਬਲੇ ਵਿੱਚ ਸ੍ਰੀਧਰ ਨੇ ਗੋਲਡ ਮੈਡਲ ਹਾਸਲ ਕੀਤਾ। ਇਸ ਤੋਂ ਇਲਾਵਾ ਉਹਨਾਂ 2018 ਵਿੱਚ ਬਿਹਤਰੀਨ ਖਿਡਾਰੀ ਹੋਣ ਦਾ ਇਨਾਮ ਜਿੱਤ ਕੇ ਆਪਣੇ ਪਰਿਵਾਰ ਨੂੰ ਗੌਰਵ ਦਾ ਅਹਿਸਾਸ ਕਰਵਾਇਆ। ਰਾਇਲਾ ਸੱਤਿਆ ਜਨਾਰਦਨ ਸ੍ਰੀਧਰ ਸਖਤ ਮਿਹਨਤ, ਦ੍ਰਿੜ ਇੱਛਾ ਸ਼ਕਤੀ ਦੇ ਬੂਤੇ ਤੇ ਕੌਮੀ ਪਛਾਣ ਬਣਾਉਣ ਵਿੱਚ ਸਫਲ ਰਹੇ। ਉਹਨਾਂ ਸਿਰਫ ਆਪਣੇ ਲਈ ਹੀ ਸਫਲਤਾ ਹਾਸਲ ਨਹੀਂ ਕੀਤੀ, ਸਗੋਂ ਅੱਜ ਅਨੇਕਾਂ ਲੋਕਾਂ ਦੇ ਆਦਰਸ਼ ਨੇ।